ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਮੈਂ ਹਾਂ ਮੋਨੀ ਗਿੱਲ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਅਲੈਕੁਮ ਮੈਂ ਹਾਂ ਕੁਲਦੀਪ ਗਿੱਲ ਸਤਿ ਸ਼੍ਰੀ ਅਕਾਲ ਮੈਂ ਹਾਂ ਸਾਦਗੀ ਗਿੱਲ ਔਰ ਤੁਸੀਂ ਦੇਖ ਰਹੇ ਹੋ ਤੁਸੀਂ ਕੀ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ ਤੇ ਅੱਜ ਤੋਂ ਪਹਿਲਾਂ ਥੈਂਕ ਯੂ ਆਪਾਂ ਕਰੀਏ ਉਹਨਾਂ ਦਾ ਸਾਡੇ ਸਪੌਂਸਰਾਂ ਦਾ ਟੇਸਟ ਆਫ ਇੰਡੀਆ ਜੀ ਜੇ ਇੰਡੀਆ ਜਾਣਾ ਖਾਣਾ ਖਾਣ ਜਾਣ ਦੀ ਲੋੜ ਨਹੀਂ ਟੇਸਟ ਆਫ ਇੰਡੀਆ ਗੇਨਸਵਿਲ ਚਲੇ ਜਾਓ ਬੜਾ ਵਧੀਆ ਵਧੀਆ ਖਾਣਾ ਦਿੰਦੇ ਨੇ ਬਫੇ ਵੀ ਉਹਨਾਂ ਦਾ ਬੜਾ ਵਧੀਆ ਹੈਗਾ ਸੋ ਜੇ ਸਪੌਂਸਰ ਹੈਗੇ ਨੇ ਤਾਂ ਅਸੀਂ ਹਾਂ ਤੁਸੀਂ ਵੀ ਸਾਡੇ ਸਪੌਂਸਰ ਬਣ ਸਕਦੇ ਹੋ ਐਂਡ ਅਸੀਂ ਤੁਹਾਡਾ ਵੀ ਨਾਂ ਲੈ ਸਕਦੇ ਹਾਂ ਜੀ ਬਿਲਕੁਲ ਉਹਦੇ ਵਾਸਤੇ ਕੀ ਕਰਨਾ ਤੁਸੀਂ ਫੋਨ ਉਠਾਓ ਔਰ ਨੰਬਰ ਗਵਾਓ ਨੰਬਰ ਕੀ ਹੈ 216-800 ਮਾਈ ਟੀਵੀ ਜੀ ਹਾਂ 216-800 ਮਾਈ ਟੀਵੀ 6988 ਤੇ ਲਓ ਜੀ ਅੱਜ ਸਾਡੇ ਨਾਲ ਜੁਆਇਨ ਕਰ ਰਹੇ ਨੇ ਇੱਕ ਛੋਟੇ ਗਿੱਲ ਅਤੇ ਸਾਦਗੀ ਗਿੱਲ ਸਾਨੂੰ ਜੁਆਇਨ ਕਰ ਰਹੀ ਹੈ ਔਰ ਅੱਜ ਦਾ ਅਸੀਂ ਮੁੱਦਾ ਜਿਹੜਾ ਲੈ ਕੇ ਆ ਰਹੇ ਹਾਂ ਸਬਜੈਕਟ ਜਿਹੜਾ ਲੈ ਕੇ ਆ ਰਹੇ ਹਾਂ ਉਹ ਹੈਗਾ ਜੀ ਸਕਸੈਸ ਐਂਡ ਫੇਲੀਅਰ ਮੈਂ ਐਕਚੁਅਲੀ ਇਹਨੂੰ ਪੁੱਠਾ ਕਰਨਾ ਚਾਹਾਂਗੀ ਫੇਲੀਅਰ ਐਂਡ ਦੈਨ ਸਕਸੈਸ ਆਪਣੇ ਨਾ ਆਪਣੀ ਲਾਈਫ 'ਚ ਜਾਂ ਆਪਣੇ ਘਰਾਂ 'ਚ ਜਾਂ ਆਪਣੀ ਰੋਜ਼ ਦੀ ਜ਼ਿੰਦਗੀ 'ਚ ਅਸੀਂ ਰੋਜ਼ ਫੇਲ ਹੁੰਦੇ ਐਵਰੀ ਡੇ ਔਰ ਕਈ ਵਾਰੀ ਅਸੀਂ ਉਸ ਤੋਂ ਡਿਸਅਪੋਇੰਟ ਹੁੰਦੇ ਹਾਂ ਔਰ ਕਈ ਵਾਰੀ ਅਸੀਂ ਖੁਸ਼ ਹੁੰਦੇ ਹਾਂ ਉਹ ਫੇਲੀਅਰ ਔਰ ਸਕਸੈਸ ਦੀ ਜਿਹੜੀ ਖੁਸ਼ੀ ਹੈ ਔਰ ਫੇਲੀਅਰ ਦਾ ਕੀ ਰਿਐਕਸ਼ਨ ਹੈ ਅਸੀਂ ਆਪਣੇ ਆਪਣੇ ਵਿਚਾਰ ਸਿੱਧੇ ਤਰੀਕੇ ਨਾਲ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ ਔਰ ਸਾਦਗੀ ਗਿੱਲ ਤੋਂ ਵੀ ਪੁੱਛਾਂਗੇ ਕਿ ਸਾਦਗੀ ਇਜ਼ 18 ਸਾਡਾ ਯੂਥ ਹੈਗਾ ਅਤੇ ਐਜ਼ ਏ ਯੰਗ ਬੱਚਾ ਜਿਵੇਂ ਬਹੁਤ ਜਲਦ ਅਗਰੈਸ਼ਨ 'ਚ ਆ ਜਾਂਦੇ ਨੇ ਬਹੁਤ ਜਲਦ ਐਂਗਰੀ ਹੋ ਜਾਂਦੇ ਨੇ ਹਰ ਚੀਜ਼ ਟੈਂਟਰਮਸ ਵੀ ਆਉਂਦੇ ਨੇ ਹਰ ਚੀਜ਼ ਮਤਲਬ ਵੱਧ ਆਉਂਦੀ ਹੈ ਹਾਂ ਅਤੇ ਐਜ਼ ਏ ਫੇਲੀਅਰ ਤੇਰੀ ਏਜ ਦੇ ਵਿੱਚ ਜਾਂ ਤੇਰੀ ਕਲਾਸ ਦੇ ਵਿੱਚ ਜਾਂ ਆਲੇ ਦੁਆਲੇ ਤੂੰ ਦੇਖਦੀ ਹੋਏਗੀ ਤਾਂ ਕੀ ਵੇਖਦੀ ਹੈ ਤੂੰ ਅਗਰ ਕੋਈ ਫੇਲੀਅਰ ਹੈਗਾ ਤੇ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਕਿਸ ਤਰ੍ਹਾਂ ਆਪਣੀ ਫੇਲੀਅਰ ਲੈ ਪਾ ਰਿਹਾ ਜਾਂ ਉਹ ਅਗਰ ਉਹ ਸਕਸੈਸਫੁਲ ਹੈ ਤੇ ਉਹ ਆਪਣੀ ਸਕਸੈਸ ਵੀ ਕਿਸ ਤਰ੍ਹਾਂ ਲੈ ਪਾ ਰਿਹਾ ਐਕਚੁਅਲੀ ਵਾਈਸ ਵਰਸਾ ਕਈ ਵਾਰ ਸਕਸੈਸ ਵੀ ਤੁਹਾਡੇ ਸਿਰ ਤੇ ਚੜ ਜਾਂਦੀ ਹੈ ਰਾਈਟ ਵੈਲ ਇਟ ਕੰਪਲੀਟਲੀ ਡਿਪੈਂਡਸ ਕਰਦਾ ਵੀ ਤੁਸੀਂ ਕਿਹੜੇ ਡੈਫੀਨੇਸ਼ਨ ਸਕਸੈਸ ਐਂਡ ਫੇਲੀਅਰ ਦੇ ਲੈਂਦੇ ਹੋ ਫਾਰ ਸਕਸੈਸ ਫਾਰ ਐਗਜ਼ਾਮਪਲ ਸਮ ਪੀਪਲ ਸਕਸੈਸ ਹੈਗਾ make money, get grades good enough, ek aaj college de vich jao vi jehda cheez requirements ne oh fulfilled ho, aaj career de vich jao best se badhao, have a good family and that's successful for them, or aaj vi lok ne jehda they work so hard and ohne de maak de vich success paise de naal nahi hai but main is duniya nu kis tarah jeena better kara, main is duniya te kitna impact kara, and usually paise nahi milde ਆਵੇ ਜੇ ਜੇ ਕਰੀਅਰਸ ਉਹ ਚੂਜ਼ ਕਰਦੇ ਨੇ ਔਰ ਸਭ ਤੋਂ ਮਹਿੰਗੇ ਕਾਲਜਿਸ ਉਹ ਜਾਣ ਕੇ ਚੂਜ਼ ਕਰਦੇ ਨੇ ਬਟ ਇਨ ਦੈਟ ਇਨ ਦੇਅਰ ਮਾਈਂਡ ਉਹ ਸਕਸੈਸਫੁਲ ਹੈ ਐਂਡ ਕਈ ਵਾਰੀ ਐਸਪੈਸ਼ਲੀ ਆਮ ਅ ਸੀਨੀਅਰ ਨਾਓ ਸੋ ਕਾਲਜ ਐਪਲੀਕੇਸ਼ਨਸ ਐਂਡ ਰਿਜੈਕਸ਼ਨਸ ਵੀ ਮਿਲਦੇ ਨੇ ਸੋ ਦਾ ਬਿਗੈਸਟ ਫੇਲੀਅਰ ਰਾਈਟ ਨਾਓ ਇਨ ਹਾਈ ਸਕੂਲ ਔਰ ਜਿਹੜਾ ਮੇਰੇ ਏਜ ਦਾ ਐਕਸਪੀਰੀਅੰਸ ਹੋ ਰਿਹਾ ਨੇ ਇਸ ਕਾਲਜ ਰਿਜੈਕਸ਼ਨ ਜੀ ਤੇ ਉਸ ਤਰ੍ਹਾਂ ਜਿਹੜੇ ਬੱਚੇ ਅਗਰ ਤੂੰ ਦੇਖਦੀ ਹੈ ਕਿ ਤੈਨੂੰ ਤਾਂ ਤੇਰਾ ਮਨ ਪਸੰਦਾ ਕਾਲਜ ਮਿਲ ਗਿਆ ਠੀਕ ਹੈ ਤੇਰੇ ਇਸ ਕਲਾਸ ਦੇ ਵਿੱਚ ਜਾਂ ਤੇਰੇ ਸਕੂਲ ਦੇ ਵਿੱਚ ਬਥੇਰੇ ਬੱਚੇ ਹੋਣਗੇ ਜਿਨ੍ਹਾਂ ਨੂੰ ਉਹਨਾਂ ਦਾ ਫੇਵਰੇਟ ਸਕੂਲ ਨਹੀਂ ਮਿਲਿਆ ਅਤੇ ਉਹਨਾਂ ਦਾ ਕੀ ਰਿਐਕਸ਼ਨ ਹੈ ਸੋ ਮੇਰੇ ਕਲਾਸ ਦੇ ਵਿੱਚ ਇੱਕ ਬੜਾ ਸਮਾਰਟ ਮੁੰਡਾ 600 ਬੰਦਿਆਂ ਆਪਾਂ ਜਸਟ 12th ਗ੍ਰੇਡ ਦੇ ਵਿੱਚ ਉਹ ਨੰਬਰ 3 ਆ ਹੀ ਅਪਲਾਈਡ ਟੂ ਪ੍ਰਿੰਸਟਨ ਯੂਨੀਵਰਸਿਟੀ ਜੇ ਤੁਹਾਨੂੰ ਪਤਾ ਹੈ ਨਿਊ ਜਰਸੀ ਦੇ ਵਿੱਚ ਆਈਵੀ ਲੀਗਸ ਆਰ ਵਨ ਆਫ ਦਾ ਬੈਸਟ ਸਕੂਲਸ 4.3 GPA ਗਾਟ ਰਿਜੈਕਟਡ ਫਰੋਮ ਪ੍ਰਿੰਸਟਨ Yeah. Okay, so what was the reaction to that kid? He completely gave up on school. Uh-oh. Yeah, so finally, Vapas Aden, like, he's coming back. But that's some people. Some people work even harder. We might reject it, like, I'm going to work so hard. They're going to... Exactly, that's the way it should be. Okay, I want to ask you. That kid thought that I was a failure. Right, we might fail. So, then, as a friend, what do you do for them? ਤੇਰਾ ਉਸ ਰਿਐਕਸ਼ਨ ਕੀ ਸੀ ਔਰ ਤੇਰਾ ਉਸ ਰਿਐਕਸ਼ਨ ਨੇ ਜਿਹੜਾ ਅਸੀਂ ਦੋਵਾਂ ਨੇ ਕੁਛ ਨਹੀਂ ਕੀਤਾ
ਸਾਡਾ ਰਿਐਕਸ਼ਨ ਕੀ ਹੋਣਾ ਚਾਹੀਦਾ ਤੂੰ ਸਾਡੇ ਨਾਲ ਕੀ ਕੀਤਾ ਸੀ ਓਕੇ ਸੋ ਥੋੜਾ ਬੈਕਗ੍ਰਾਉਂਡ ਨੋਲੇਜ ਮੈਂ ਕੁਝ ਕਹੂੰਗੀ ਆਮ ਗੋਇੰ ਟੂ ਸਾਊਂਡ ਰੀਲੀ ਸਟੂਪਿਡ ਬਟ ਆਮ ਨਾਟ ਸਟੂਪਿਡ ਓਕੇ ਸੋ ਦਿਸ ਮੰਡੇ ਆਈ ਫੇਲਡ ਮਾਈ ਡਰਾਈਵਰਸ ਟੈਸਟ ਫਾਰ ਦ ਥਰਡ ਟਾਈਮ ਦ ਟੈਸਟ ਦੈਟ 15 ਈਅਰ ਓਲਡਸ ਟੇਕ ਆਈ ਐਮ 18 ਐਂਡ ਮੈਂ ਉਹਨੂੰ ਫੇਲ ਕਰਕੇ ਆ ਗਈ ਤੀਸਰੀ ਵਾਰੀ ਸੋ ਹੁਣ ਮੈਨੂੰ ਵਾਪਸ ਡਰਾਈਵਰਸ ਐਡ ਤੇ ਜਾਣਾ ਪਏਗਾ $300 ਪੇ ਕਰਨਾ ਪਏਗਾ ਕਲਾਸਿਸ ਵਾਸਤੇ ਫਿਰ ਤੋਂ ਮੈਂ ਲੈ ਸਕਦੀ ਹਾਂ ਔਰ ਟੈਸਟ ਲੇਕਿਨ ਸਾਡਾ ਕੀ ਰਿਐਕਸ਼ਨ ਤੂੰ ਮੈਨੂੰ ਆ ਕੇ ਦੱਸਾਂ ਮੈਂ ਕੀ ਕਹਾਂ ਇਟਸ ਓਕੇ ਬੇਟਾ ਆਪਾਂ ਦੁਬਾਰਾ ਲੈ ਲਾਂਗੇ ਰੀਲੀ ਲੈਟ ਹਰ ਸਪੀਕ ਅਬਾਊਟ ਸੋ ਮਮ ਵਾਸ ਰੀਲੀ ਗੁੱਡ ਮਮ ਵਾਸ ਲਾਈਕ ਇਟਸ ਓਕੇ ਡੈਡ ਟੀਸਡ ਮੀ ਅ ਲੋਟ ਵੀ ਕਿਹੜਾ ਸਾਇੰਸ ਤੇ ਫੇਲ ਹੋ ਕੇ ਆਈ ਆ ਆਈ ਵਾਸ ਲਾਈਕ ਦਿਸ ਟਾਈਮ ਮੈਂ ਸਾਇੰਸ ਨਹੀਂ ਫੇਲ ਹੋ ਕੇ ਆਈ ਨਹੀਂ ਨਹੀਂ ਸਾਇੰਸ ਨਹੀਂ ਉਹ ਫੇਲ ਇਸ ਤੇ ਮੈਂ ਪੁੱਛਿਆ ਬੇਟਾ ਕਿਹੜੇ ਕਿਹੜੇ ਜਵਾਬ ਤੇ ਕੰਪਾਰਟਮੈਂਟ ਆਈ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਜਦੋਂ ਫੌਗ ਹੋ ਰਹੀ ਹੈ ਔਰ ਤੇਰੀ ਗੱਡੀ ਜਾ ਰਹੀ ਹੈ ਤੂੰ ਹਾਈ ਬੀਮ ਲਾਏਗੀ ਲੋ ਬੀਮ ਲਾਏਗੀ ਜਾਂ ਪਾਰਕਿੰਗ ਲਾਟ ਲਾਏਗੀ ਫਲੈਸ਼ਰ ਤੇ ਇਹਦਾ ਜਵਾਬ ਸੀ ਪਾਰਕਿੰਗ ਲਾਏਗੀ ਮੈਂ ਕਿਹਾ ਬੇਟਾ ਉਹਨਾਂ ਨੇ ਰੁਕਣ ਨੂੰ ਨਹੀਂ ਕਿਹਾ ਸੀਗਾ ਉਹਨੇ ਪੁੱਛਿਆ ਸੀ ਉਹ ਸਾਰੇ ਜੋ ਹੈਵੀ ਫੌਗ ਹੁੰਦੇ ਨੇ ਸਾਰੇ ਉਹ ਫਲੈਸ਼ਰ ਤੇਰੇ ਡੈਡੀ ਇਸ ਤੇ ਹੱਸ ਪਏ ਰਾਈਟ ਯਾ ਤੇ ਉਹ ਤੈਨੂੰ ਅੱਛਾ ਲੱਗਿਆ ਜਾਂ ਬੁਰਾ ਲੱਗਿਆ ਮੈਨੂੰ ਤਾਂ ਪਰਸਨਲੀ ਮੈਂ ਤਾਂ ਬੈਡ ਮੂਡ ਦੇ ਵਿੱਚ ਸੀ ਸੋ ਮੈਨੂੰ ਤਾਂ ਬੁਰਾ ਲੱਗਿਆ ਬਟ ਸਕੂਲ ਦੇ ਵਿੱਚ ਆ ਕੇ ਮੇਰੇ ਜੋ ਟਰੈਕ ਕੋਚ ਨੇ ਉਹ ਮੇਰੇ ਫੋਰਥ ਕਲਾਸ ਦੇ ਟੀਚਰਸ ਨੇ ਸੋਸ਼ੀਓਲੋਜੀ ਰਾਈਟ ਤੈਨੂੰ ਇਹ ਨਹੀਂ ਪਤਾ ਨਾ ਅੱਜ ਮੈਂ ਤੈਨੂੰ ਦੱਸਿਆ ਨਹੀਂ ਹੈਗਾ ਮੈਂ ਆਲਰੇਡੀ ਤੇਰਾ ਕਿਸੇ ਡਰਾਈਵਿੰਗ ਸਕੂਲ 'ਚ ਨਾ ਭੇਜਤਾ ਹੈਗਾ ਔਰ ਉਹ ਤੈਨੂੰ ਸੈਟਰਡੇ ਤੋਂ ਤੈਨੂੰ ਕਲਾਸ ਦੇਣਗੇ ਔਰ ਉਹ ਤੈਨੂੰ ਟ੍ਰੇਨ ਕਰਕੇ 8 ਘੰਟੇ ਦੀ ਕਲਾਸ ਬਾਅਦ ਯੂ ਕੈਨ ਗੋ ਫੋਰ ਐਗਜ਼ਾਮ ਜਿਹ 'ਚ ਤੂੰ 6 ਮਹੀਨੇ 'ਚ ਭਾਵੇਂ ਦੂਜੇ ਦਿਨ ਫੇਲ ਹੋਈ ਜਾ 6 ਮਹੀਨੇ ਤੱਕ ਤੂੰ ਲਾਇਸੈਂਸ ਲੈ ਸਕਦੀ ਚਲੋ ਇਹ ਤੋਂ ਹੁਣ ਅਸੀਂ ਸਾਦਗੀ ਦੇ ਚੈਪਟਰ ਤੋਂ ਮਿਸਿਸ ਗਿੱਲ ਦੀ ਫੈਮਿਲੀ 'ਚ ਅਸੀਂ ਬਾਹਰ ਜਾਂਦੇ ਹਾਂ ਔਰ ਦੇਖਦੇ ਹਾਂ ਕਿ ਫੇਲੀਅਰ ਬਹੁਤ ਕਿਸਮ ਦਾ ਫੇਲੀਅਰ ਹੈ ਜੀ ਜਿਵੇਂ ਸਾਦਗੀ ਗਿੱਲ ਨੇ ਪਹਿਲਾਂ ਦੱਸਿਆ ਕਿ ਸਕਸੈਸ ਵਾਸਤੇ ਜਾਂ ਜਿਵੇਂ ਤੁਸੀਂ ਫੇਮਸ ਹੋਣਾ ਚਾਹੁੰਦੇ ਹੋ ਜਾਂ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਹੋ ਜਾਂ ਤੁਸੀਂ ਜਿਵੇਂ ਬੱਚੇ ਨੇ ਤੇ ਪੜ੍ਹਾਈ ਦੇ ਵਿੱਚ ਤੁਸੀਂ ਨਹੀਂ ਉਹ ਨੰਬਰ ਲੈ ਕੇ ਆ ਪਾ ਰਹੇ ਜਿਹੜੇ ਤੁਹਾਨੂੰ ਚਾਹੀਦੇ ਨੇ ਟਾਈਮ ਪੀਰੀਅਡਸ ਵੀ ਤੋਂ ਚੇਂਜ ਕਰਦਾ ਸੀ ਸਕਸੈਸ ਐਂਡ ਫੇਲਿਅਰ ਕੀ ਆ ਲਾਈਕ ਜੇ ਆਪਾਂ ਬੋਰਨ ਸੀਗੇ 60 ਈਅਰਸ ਫਰਮ ਨਾਓ ਓਕੇ ਪਹਿਲਾਂ ਵੁਮਨ ਵਾਸਤੇ ਸਕਸੈਸ ਹੋਣਾ ਮੈਰੀਇੰਗ ਅ ਰਿਚ ਹਸਬੈਂਡ ਐਂਡ ਹੈਵਿੰਗ ਕਿਡਸ ਅੱਜ ਵੁਮਨ ਲਈ ਸਕਸੈਸ ਕੀ ਆ ਦੈਟਸ ਟਰੂ ਮੈਨਲੀ ਕਿ ਹੁਣ ਕੀ ਸਕਸੈਸ ਅੱਜ ਵੁਮਨ ਲਈ ਸਕਸੈਸ ਹੈ ਪਤੀ ਨੂੰ ਰੋਟੀ ਬਣਾਉਣੀ ਸਿਖਾ ਦਿਓ ਹਾਂ ਪਾਂਡੇ ਤੋਨੇ ਸਿਖਾ ਦਿਓ ਇਕੁਆਲਿਟੀ ਕੱਪੜੇ ਤੋਨੇ ਸਿਖਾ ਦਿਓ ਔਰ ਅੱਜ ਕੱਲ ਦੇਖੋ ਕਿ ਇਹ ਪਤੀ ਦਾ ਫੋਨ ਵੀ ਵਜਣ ਲੱਗ ਪੈਂਦਾ ਰਾਤੀ ਹੈ ਭਾਵੇਂ ਪਤਨੀ ਜਿੰਨਾ ਮਰਜ਼ੀ ਇਹਨੂੰ ਕਹੀ ਜਾਏ ਲੇਕਿਨ ਉਹ ਫੋਨ ਹੈ ਜਿਹੜਾ ਹਟਦਾ ਨਹੀਂ ਹੈਗਾ ਪਤਾ ਨਹੀਂ ਕੌਣ ਫੋਨ ਕਰ ਰਿਹਾ ਬਟ ਵੀਲ ਨਾਟ ਟੇਕ ਦਾ ਫੋਨ ਸੋ ਮੈਂ ਦੱਸਿਆ ਕਿ ਜੀ ਅੱਜ ਅਸੀਂ ਕਾਲਸ ਨਹੀਂ ਲੈ ਰਹੇ ਹਾਂ ਸੋਰੀ ਅੱਜ ਕਿਉਂਕਿ ਅਸੀਂ ਆਲਰੇਡੀ ਅਸੀਂ 3 ਜਾਣੇ ਬਹੁਤ ਅੱਛੇ ਮੂਡ 'ਚ ਹਾਂ ਔਰ ਸਬਜੈਕਟ ਬਹੁਤ ਇੰਟੈਂਸ ਹੈਗਾ ਇਹ ਲੋਕ ਅਸੀਂ ਸੋਚਦੇ ਨਹੀਂ ਹੈਗੇ ਲੇਕਿਨ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇਹ ਇਸ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਵੈਦਰ ਉਹ ਫਰੈਂਡਸ ਹੋਣ ਫਰੈਂਡਸ ਵੀ ਤੁਹਾਨੂੰ ਫੇਲ ਕਰਦੇ ਨੇ ਕਿ ਤੁਹਾਡੀ ਐਕਸਪੈਕਟੇਸ਼ਨਸ ਹੁੰਦੀਆਂ ਲੇਕਿਨ ਉਹ ਐਕਸਪੈਕਟੇਸ਼ਨ ਤੇ ਨਹੀਂ ਖਰੇ ਉਤਰ ਪਾਉਂਦੇ ਨੋ ਦਿਸ ਇਜ਼ ਦ ਰਾਈਟ ਆਨਸਰ ਫਰੈਂਡਸ ਫੇਲ ਨਹੀਂ ਕਰਦੇ ਸਾਨੂੰ ਆਪਣੇ ਫਰੈਂਡਸ ਤੇ ਐਕਸਪੈਕਟੇਸ਼ਨ ਇੰਨੀ ਹੁੰਦੀ ਹੈ ਜਦੋਂ ਪੂਰੇ ਨਹੀਂ ਉਤਰਦੇ ਫਿਰ ਸਾਨੂੰ ਦੁੱਖ ਲੱਗਦਾ ਸਾਨੂੰ ਦੁੱਖ ਲੱਗਦਾ ਕਿ ਇਹਨਾਂ ਨੇ ਸਾਨੂੰ ਫੇਲ ਕੀਤਾ ਅਸਲ 'ਚ ਜਦੋਂ ਤੁਸੀਂ ਐਕਸਪੈਕਟੇਸ਼ਨ ਛੱਡ ਦੋ ਨਾ ਫਿਰ ਫੇਲਿਅਰਸ ਐਂਡ ਸਕਸੈਸ ਕੁਝ ਨਹੀਂ ਪਰ ਫਿਰ ਫਰੈਂਡਸ ਦਾ ਕੀ ਲੋਡ ਹੈ ਜੇ ਤੁਸੀਂ ਐਕਸਪੈਕਟੇਸ਼ਨਸ ਨਹੀਂ ਰੱਖ ਸਕਦੇ ਦ ਪਰਪਸ ਆਫ ਅ ਫਰੈਂਡ ਇਜ਼ ਟੂ ਹੈਵ ਦੋਸ ਕਿਉਂਕਿ ਬੁਰੇ ਟਾਈਮ 'ਚ ਫਰੈਂਡ ਦੀ ਲੋਡ ਹੁੰਦੀ ਹੈ ਸੋ ਲੈਟ ਮੀ ਟੈਲ ਯੂ ਐਨ ਐਗਜ਼ਾਮਪਲ ਮੇਰ ਡਰਾਈਵਿੰਗ ਦ ਵੀ ਮੈਂ ਸੋਚਿਆ ਸੀ ਵੀ ਮੈਂ ਤਾਂ ਕਦੀ ਟੈਸਟ ਨਹੀਂ ਲੈਣਾ ਕਿਉਂਕਿ ਆਲਰੇਡੀ ਮੈਂ ਦੋ ਵਾਰੀ ਫੇਲ ਹੋ ਚੁੱਕੀ ਹਾਂ ਐਂਡ ਦ ਥਿੰਗ ਅਬਾਊਟ ਮੀ ਪਰਸਨੈਲਿਟੀ ਵਾਈਜ਼ ਇਜ਼ ਮੈਂ ਫੇਲ ਨਹੀਂ ਕਰਨਾ ਪਸੰਦ ਕਰਦੀ ਆਈ ਲਾਈਕ ਬੀਇੰਗ ਦ ਬੈਸਟ ਐਟ ਐਵਰੀਥਿੰਗ ਆਈ ਡੂ ਸੋ ਇਟ ਵੇਟਡ 3 ਇਅਰਸ ਟੂ ਟੇਕ ਦ ਪਰਮਿਟ ਟੈਸਟ ਅਗੇਨ ਓਨਲੀ ਟੂ ਫੇਲ ਅਗੇਨ ਐਂਡ ਉਹ ਮੇਰਾ ਬਿਗੇਸਟ ਫੀਅਰ ਸੀ ਜੋ ਹੋਇਆ ਬਟ ਇਫ ਇਟ ਵਰਨਟ ਫਾਰ ਮਾਈ ਫਰੈਂਡਸ ਸਟੱਡੀਇੰਗ ਵਿਦ ਮੀ ਇਨ ਕਲਾਸ ਐਂਡ ਮਾਈ ਟੀਚਰਸ ਮਾਈ ਫੋਰਥ ਬਲੋਕ ਟੀਚਰ ਸਟੋਪਡ ਟੀਚਿੰਗ ਐਂਡ ਫਾਰ ਦ ਰੈਸਟ ਆਫ ਦ 90 ਮਿੰਟਸ ਆਪਾਂ dmv.com ਤੇ ਟੈਸਟ ਹੀ ਲਏ ਜਾਂਦੇ ਸੀ ਡਰਾਈਵਿੰਗ ਵਾਸਤੇ ਬਟ ਇਫ ਇਟ ਵਰਨਟ ਫਾਰ ਦੈਮ ਐਂਡ ਦੈਮ ਪੁਸ਼ਿੰਗ ਮੀ ਐਂਡ ਦੈਮ ਸੇਇੰਗ ਓਕੇ ਨਾਓ ਯੂ ਨੀਡ ਟੇਕ ਦ ਡਰਾਈਵਿੰਗ ਕਲਾਸ ਐਸ ਫਾਸਟ ਐਸ ਪੋਸੀਬਲ ਮਾਈ ਟੀਚਰਸ ਫਾਲੋਇੰਗ ਅਪ ਐਵਰੀ ਡੇ ਕਲਾਸ ਵਾਸਤੇ ਸਾਈਨ ਅਪ ਕੀਤਾ ਕਲਾਸ ਵਾਸਤੇ ਸਾਈਨ ਅਪ ਕੀਤਾ ਇਫ ਆਈ ਡਿਡਨਟ ਹੈਵ ਦੋਸ ਫਰੈਂਡਸ ਦੋਸ ਟੀਚਰਸ ਦੋਸ ਐਕਸਪੈਕਟੇਸ਼ਨ ਇਹਦਾ ਮਤਲਬ ਇਹ ਹੈ ਕਿ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਐਕਸਪੈਕਟੇਸ਼ਨ ਉਹਨਾਂ ਤੋਂ ਹੁੰਦੀ ਹੈ ਅਮਰੀਕਾ ਦਾ ਕੋਈ ਵੱਡਾ ਨੇਵੀ ਦਾ ਸਿਪਾ ਸਲਾਰ ਸੀਗਾ ਉਹ ਕਹਿੰਦਾ ਕਿ ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਆਪਣਾ ਬੈੱਡ ਜਿਹੜਾ ਉਹਨੇ ਨੀਟ ਐਂਡ ਕਲੀਨ ਕਰਕੇ ਵਿਛਾ ਲਓ ਉਹ ਜਦੋਂ ਤੁਸੀਂ ਕਰਦੇ ਹੋ ਤੁਹਾਡਾ ਦਿਨ ਉਸ ਦਿਨ ਦਾ ਪਹਿਲਾ ਸਟੈਪ ਹੈ ਕਿ ਤੁਸੀਂ ਇੱਕ ਚੀਜ਼ ਫੜੀ ਹੈ ਔਰ ਉਹਨੂੰ ਫਿਨਿਸ਼ ਕੀਤਾ ਕਾਮਯਾਬੀ
ਫਿਰ ਥੱਲੇ ਆਓ, ਬ੍ਰੇਕਫਾਸਟ ਕਰੋ ਔਰ ਆਪਣੇ ਦਿਨ ਦੇ ਰੋਜ਼ ਦੇ ਰੂਟੀਨ ਵਰਕ 'ਤੇ ਜਾਓ। ਹੁਣ ਜਦੋਂ ਤੁਸੀਂ ਕੰਮ 'ਤੇ ਜਾਂਦੇ ਹੋ, ਉਹ ਕਰਦੇ ਫੈਮਿਲੀ ਤੋਂ ਲੈ ਕੇ ਕੰਮ 'ਤੇ ਤੁਹਾਨੂੰ ਸਕਸੈਸ ਫੇਲੀਅਰ ਮਿਲਦਾ ਔਰ ਰੱਬ ਨਾ ਕਰੇ ਕਿ ਤੁਹਾਡਾ ਵਰਸਟ ਡੇ ਹੈ, ਤੁਸੀਂ ਹਰ ਪਾਸੇ ਫੇਲ ਹੋ ਕੇ ਆਏ ਹੋ, ਲੇਕਿਨ ਜਦੋਂ ਘਰੇ ਆ ਕੇ ਸ਼ਾਵਰ ਲੈ ਕੇ ਤੁਸੀਂ ਬੈੱਡ ਵੱਲ ਦੇਖੋਗੇ ਨਾ, ਤੁਸੀਂ ਸਮਾਈਲ ਕਰੋਗੇ, ਯਾਰ ਕਲੀਨ ਬੈੱਡ ਮਿਲਿਆ, ਮੈਨੂੰ ਐਟਲੀਸਟ ਕਲੀਨ ਬੈੱਡ 'ਤੇ ਮਿਲਿਆ, ਉਹ ਤੁਹਾਡੀ ਸਕਸੈਸ ਹੈ। ਔਰ ਦੁਬਾਰਾ ਫਿਰ ਸ਼ੁਰੂ ਕਰੋ। ਸੋ ਉਸ ਦਿਨ ਤੋਂ ਲੈ ਕੇ ਕਸਮ ਨਾਲ ਮੈਂ ਕਦੀ ਬੈੱਡ ਨਹੀਂ ਸਾਫ਼ ਕੀਤਾ ਸੀਗਾ। ਅੱਛਾ, ਆਪਾਂ ਛੋਟੀ ਜਿਹੀ ਬ੍ਰੇਕ ਲਈ ਹੈ ਤੁਹਾਡਾ ਬੈੱਡ ਤੋਂ, ਹੁਣ ਮੈਨੂੰ ਲੱਗ ਰਿਹਾ ਕਿ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਫਿਰ ਕੰਟੀਨਿਊ ਕਰਦੇ ਹਾਂ। ਗਾਇਸ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। Welcome back to Just Chill with Mr. and Mrs. Gill. ਜੀ ਹਾਂ, ਅਸੀਂ ਕੁਲਦੀਪ ਦੀ ਕਨਵਰਸੇਸ਼ਨ ਬੈੱਡ 'ਤੇ ਖਤਮ ਕੀਤੀ ਸੀ ਅਤੇ ਮੈਂ ਹੁਣ ਕੰਟੀਨਿਊ ਕਰਦੀ ਹਾਂ ਜੀ। ਮੈਂ ਪਿੱਛੇ ਜੇ ਫੇਸਬੁੱਕ 'ਤੇ ਮੈਂ ਫੋਲੋ ਕਰਦੀ ਹੈਗੀ ਹਾਂ ਵਿਲ ਸਮਿਥ ਨੂੰ। ਮੈਨੂੰ ਬਹੁਤ ਅੱਛਾ ਐਕਟਰ ਲੱਗਦਾ ਔਰ ਐਕਟਰ ਨਾਲੋਂ ਵੀ ਜ਼ਿਆਦਾ ਉਹਦੀ ਜਿਹੜੀ ਸੋਚ ਹੈ, ਮੈਂ ਉਹਦੀ ਫੈਨ ਹਾਂ ਬੇਸਿਕਲੀ, ਜਿਸ ਤਰ੍ਹਾਂ ਦੀ ਉਹਦੀ ਸੋਚ ਹੈ। ਅਤੇ ਪਿੱਛੇ ਜੋ ਉਹਨੇ ਇੱਕ ਵੀਡੀਓ ਬਣਾਈ ਸੀ ਪਾਈ ਸੀਗੀ ਅਤੇ ਮੈਂ ਥੋੜ੍ਹੀ ਜਿਹੀ ਉਹਨੂੰ ਦੱਸ ਵੀ ਦੇਵਾਂ ਕਿ ਉਹ ਕਿਸ ਬਾਰੇ ਸੀ। ਉਹ ਇਸੇ ਟੋਪਿਕ ਦੇ ਬਾਰੇ ਸੀਗੀ। ਉਹ ਕਹਿੰਦੇ ਸੀ ਕਿ ਫੇਲ ਅਰਲੀ, ਫੇਲ ਆਫਨ, ਫੇਲ ਫੋਰਵਰਡ। ਕਿ ਅਰਲੀ ਜਿੰਨਾ ਜਲਦੀ ਹੋਵੋਗੇ, ਉਨਾ ਜਲਦੀ ਤੁਸੀਂ ਉਸ ਚੀਜ਼ ਤੋਂ ਦੁਬਾਰਾ ਉਹਨੂੰ ਰਿਫਰੈਸ਼ ਕਰਕੇ ਦੁਬਾਰਾ ਉਸ ਚੀਜ਼ ਨੂੰ ਕਰੋਗੇ। ਜਦੋਂ ਕਹਿੰਦੇ ਨੇ ਜਿਵੇਂ ਰਿਆਜ਼, ਮੈਂ ਮਿਊਜ਼ਿਕ ਕਰਾਉਂਦੇ ਤੋਂ ਬਿਲੋਂਗ ਕਰਦੀ ਹਾਂ, ਤਾਂ ਮੈਂ ਤੁਹਾਨੂੰ ਉਸ ਲੈਂਗੁਏਜ 'ਚ ਸਮਝਾਵਾਂਗੀ। ਜਿਵੇਂ ਅਸੀਂ ਸਾਰੇ ਗਾਮਾ ਪਾਦਾ ਸਿੱਖਦੇ ਹਾਂ, ਪੂਰਾ ਅਸੀਂ ਸੱਤ ਸੁਰ ਸਿੱਖਦੇ ਹਾਂ, ਫਿਰ ਉਹਨੂੰ ਅਸੀਂ ਰਿਆਜ਼ ਕਰਦੇ ਹਾਂ। ਉਹ ਰਿਆਜ਼ ਇੰਨਾ ਜ਼ਿਆਦਾ ਹੁੰਦਾ ਕਿ ਤੁਹਾਡਾ ਅੱਖਾਂ ਔਰ ਤੁਹਾਡੀ ਉਂਗਲਾਂ ਉਹਦੇ 'ਤੇ ਬਿਨਾਂ ਦੇਖੇ ਚੱਲ ਰਹੀ ਹੁੰਦੀਆਂ ਨੇ। ਉਹਨੂੰ ਰਿਆਜ਼ ਕਹੀਦਾ ਕਿ ਇੰਨਾ ਰਿਆਜ਼ ਕਰ ਲਓ ਕਿ ਤੁਹਾਡੀ ਅੱਖਾਂ ਤੁਹਾਡੇ ਹੱਥ ਬਣ ਜਾਂਦੇ ਨੇ। ਅਤੇ ਜਾਂ ਪਿਆਨੋ ਜਿਹੜੇ ਵਜਾ ਰਹੇ ਹੁੰਦੇ ਨੇ, ਉਹ ਅੱਖਾਂ ਦੇਖ ਕੇ ਨਹੀਂ ਪਿਆਨੋ ਵਜਾਉਂਦੇ, ਉਹਨਾਂ ਦੇ ਹੱਥ ਜਾਂ ਕੰਪਿਊਟਰ ਜਿਹੜੇ ਕਰਦੇ ਨੇ ਉਹਨਾਂ ਦੇ ਹੱਥਾਂ ਨੇ ਰਿਆਜ਼ ਕੀਤਾ ਹੁੰਦਾ। ਸੋ ਇਹ ਇੱਕ ਤਰ੍ਹਾਂ ਦਾ ਰਿਆਜ਼ ਹੈ, ਫੇਲ ਹੋਣਾ ਇੱਕ ਤਰ੍ਹਾਂ ਦਾ ਰਿਆਜ਼ ਹੈ, ਉਹ ਤੋਂ ਘਬਰਾਓ ਨਾ। ਫੇਲ ਆਫਨ, ਜ਼ਿਆਦਾ ਤੋਂ ਜ਼ਿਆਦਾ ਫੇਲ ਹੋ ਘਬਰਾਓ ਨਹੀਂ, ਇਟਸ ਓਕੇ। ਫੇਲ ਜ਼ਿਆਦਾ ਹੋਵੋਗੇ ਤਾਂ ਤੁਸੀਂ ਹੋਰ ਲਰਨ ਕਰੋਗੇ ਨੈਕਸਟ ਟਾਈਮ। ਉਹ ਤੁਹਾਨੂੰ ਫੇਲ ਸਿਖਾਉਂਦਾ ਕਿ ਮੈਂ ਕਿੱਥੋਂ ਮਾਤ ਖਾਧੀ ਹੈ ਔਰ ਮੈਂ ਕਿਸ ਚੀਜ਼ ਦੀ ਤਿਆਰੀ ਕਰਨੀ ਹੈ। ਫੇਲ ਫੋਰਵਰਡ, ਇਹਦਾ ਮਤਲਬ ਇਹ ਹੈ ਕਿ ਗਾਂਹ ਹੋਰ ਵੀ ਫੇਲ ਹੋਣ ਦੇ ਚਾਂਸਿਸ ਬਣਾ ਕੇ ਰੱਖੋ। ਇਹ ਨਾ ਸੋਚੋ ਕਿ ਜੀ ਮੈਂ ਚੋਟੀ 'ਤੇ ਪਹੁੰਚ ਗਿਆ ਜਾਂ ਅੱਜ ਮੈਂ ਮੋਨੀਗਿਲ ਟੀ ਵੀ 'ਤੇ ਪਹੁੰਚ ਗਈ ਹਾਂ ਤਾਂ ਮੈਂ ਜੀ ਖਤਮ, ਬਸ ਜੀ ਮੇਰਾ ਈਗੋ ਜਿਹਨੂੰ ਕਹਿ ਲਓ ਉਹ ਆ ਗਿਆ, ਰਾਈਟ? ਉਂਝ ਨਹੀਂ। ਫੇਲ ਫੋਰਵਰਡ ਮਕਸਦ ਇਹੀ ਹੈ ਕਿ ਜਦ ਤੱਕ ਜ਼ਿੰਦਗੀ ਚੱਲ ਰਹੀ ਹੈ ਉਦੋਂ ਤੱਕ ਤੁਸੀਂ ਉਹਨੂੰ ਚੱਲਦੇ ਰਹਿਣ ਦਿਓ। ਫੇਲੀਅਰ ਬਹੁਤ ਜ਼ਰੂਰੀ ਹੈ, ਫੇਲੀਅਰ ਤੁਹਾਨੂੰ ਇੱਕ ਪੁਸ਼ ਦਿੰਦਾ, ਜਿੱਥੇ ਤੁਸੀਂ ਗਲਤੀ ਕਰਦੇ ਹੋ ਉਹਨੂੰ ਸੁਧਾਰਨ ਦਾ ਇੱਕ ਮੌਕਾ ਦਿੰਦਾ ਔਰ ਬੈਟਰ ਵੇ ਦਿੰਦਾ। ਮੇਰੇ ਖਿਆਲ ਨਾਲ ਇਹ ਜ਼ਰੂਰ ਤੁਸੀਂ ਵੀਡੀਓ ਵਿਲ ਸਮਿਥ ਦੀ ਅਗਰ ਫੇਸਬੁੱਕ ਪੇਜ 'ਤੇ ਜਾਓ ਔਰ ਉਹਨੂੰ ਜ਼ਰੂਰ ਸਬਸਕ੍ਰਾਈਬ ਕਰੋ। ਬੜੀ ਫਨੀ ਔਰ ਬਹੁਤ ਅੱਛੀ ਨੌਲੇਜੇਬਲ ਚੀਜ਼ਾਂ ਵੀ ਉਹ ਬਹੁਤ ਸ਼ੇਅਰ ਕਰਦਾ ਔਰ ਇਸ ਚੀਜ਼ ਤੋਂ ਮੈਂ ਖੁਦ ਵੀ ਬੜਾ ਲਰਨ ਕੀਤਾ ਔਰ ਆਪਣੇ ਆਪ ਨੂੰ ਹਰ ਦਿਨ ਲਾਸਟ ਦਿਨ ਤੋਂ ਬੈਟਰ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਸੁਣ ਕੇ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਪੜ੍ਹ ਕੇ। ਕਹਿੰਦੇ ਨੇ ਕਿ ਡਰਨਾ ਚਾਹੀਦਾ ਇਨਸਾਨ ਨੂੰ, ਡਰ ਨਹੀਂ ਕਿ ਉਹ ਡਰ ਜਿਹੜਾ ਡਰ ਹੁੰਦਾ, ਰੱਬ ਤੋਂ ਡਰਨਾ ਚਾਹੀਦਾ, ਕਿਉਂਕਿ ਜਦੋਂ ਇਨਸਾਨ ਰੱਬ ਤੋਂ ਡਰਦਾ ਫਿਰ ਉਹ ਗਲਤ ਕੰਮਾਂ 'ਚ ਘੱਟ ਪੈਂਦਾ ਔਰ ਜੇ ਗਲਤ ਕੰਮਾਂ 'ਚ ਘੱਟ ਪੈਂਦਾ ਤਾਂ ਜੇ ਕਹਿੰਦੇ ਨਾ ਸੰਗਤ ਚੰਗੀ ਹੈ, ਦੋਸਤੀ ਯਾਰੀ ਚੰਗੀ ਹੈ, ਮਾਹੌਲ ਚੰਗਾ, ਗਿਆਨ ਚੰਗਾ, ਫਿਰ ਥੋੜੇ ਜਿਹੇ ਘੱਟ ਚਾਂਸਿਸ ਨੇ ਫੇਲ ਹੁੰਦੇ, ਫਿਰ ਵੀ ਬੰਦਾ ਫੇਲ ਹੋ ਜਾਂਦਾ, ਲੇਕਿਨ ਉਹ ਤੁਹਾਡੀ ਸੰਗਤ ਇਹੋ ਜਿਹੀ ਹੈ, ਇਸ ਕਰਕੇ ਹਮੇਸ਼ਾ ਥੋੜਾ ਬਹੁਤ ਡਰ ਰਹੇਗਾ ਨਾ ਤੇ ਤੁਸੀਂ ਜ਼ਿਆਦਾ ਕਾਮਯਾਬ ਹੋਵੋਗੇ। ਮੇਰਾ ਤੇ ਇਹੀ ਡਰ ਦਾ ਐਕਚੁਅਲੀ ਕੀ ਮਤਲਬ ਹੈ, ਡਰ ਹੈ ਕਿ ਲਵ ਵਨਸ, ਰੱਬ ਸਭ ਤੋਂ ਪਹਿਲਾਂ ਤੇ ਜਿਹਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਉਹਨੂੰ ਕੀ ਮੂੰਹ ਦਿਖਾਉਣਾ ਹੈ, ਜਾਂ ਜਿਹਨੂੰ ਕਹਿੰਦੇ ਨੇ ਅਸੀਂ ਮਰ ਕੇ ਕੀ ਖੱਟਣਾ ਹੈ, ਜਾਂ ਅਸੀਂ ਤਾਂ ਖੈਰ ਅਸੀਂ ਸਿੱਖ ਅਸੀਂ ਬਿਲੀਵ ਕਰਦੇ ਕਰਮਾਂ 'ਚ ਕਿ ਜਿਹੋ ਜਿਹਾ ਕਰੋਗੇ ਇਹੋ ਜਿਹਾ ਮਿਲੇਗਾ, ਕਿ ਜਿਹੋ ਜਿਹਾ ਕਰਮ ਕਰੋਗੇ ਇਹੋ ਜਿਹਾ ਹੀ ਤੁਹਾਨੂੰ ਮਿਲੇਗਾ। ਇਸ ਕਰਕੇ ਕਰਮ ਹੀ ਅੱਛੇ ਕਰੋ। ਅਤੇ ਰਹਿ ਗਈ ਗੱਲ ਐਕਸਪੈਕਟੇਸ਼ਨ ਕਿ ਡਰ ਪੇਰੈਂਟਸ ਦਾ, ਫੈਮਿਲੀ ਦਾ, ਕਿ ਹਾਏ ਅਗਰ ਮੈਂ ਆਹ ਕਰ ਦਿੱਤਾ ਤਾਂ ਇਹਨਾਂ 'ਤੇ ਕੀ ਉਸ ਚੀਜ਼ ਦਾ ਅਸਰ ਪਏਗਾ। ਆਈ ਗੈਸ ਡਰ ਦਾ ਮਕਸਦ ਕਹਿਣ ਦਾ ਮਤਲਬ ਕੁਲਦੀਪ ਦਾ ਇਹ ਹੈ। ਤੁਹਾਡਾ ਕੀ ਵਿਚਾਰ ਹੈ ਫੇਲੀਅਰ ਬਾਰੇ? ਐਨੀਥਿੰਗ ਐਲਸ? ਆਈ ਥਿੰਕ ਵੀ ਆਰ ਗੁੱਡ। ਓਕੇ, ਫੇਲੀਅਰ, ਫੇਲੀਅਰ ਹੋਰ ਕੀ ਸਿਖਾਉਂਦਾ ਹੈ? ਫੇਲੀਅਰ ਦਾ ਐਗਜ਼ੈਕਟਲੀ ਆਈ ਥਿੰਕ ਇਟਸ ਅ ਫਰਸਟ ਸਟੈਪ ਆਫ ਸਕਸੈਸ, ਫੇਲੀਅਰ ਕੁਡ ਬੀ ਰਾਈਟ, ਕਿ ਜਦੋਂ ਤੱਕ ਤੁਸੀਂ ਸਪੋਜ਼ ਕਰ ਕਿ ਮੈਂ ਅਗਰ ਸਾਈਕਲ ਚਲਾਉਣੀ ਸ਼ੁਰੂ ਨਹੀਂ ਕੀਤੀ ਰਾਈਟ, ਔਰ ਮੈਂ ਪਹਿਲਾਂ ਹੀ ਦੇਖ ਕੇ ਡਰ ਗਈ ਕਿ ਯਾਰ ਇਹ ਤਾਂ ਦੋ ਪਹੀਏ ਘੁਮਾਉਣੇ ਪੈਣਗੇ, ਹੈਂਡਲ ਫੜਨਾ ਪਏਗਾ ਔਰ
ਉੱਤੇ ਬਹਿਣਾ ਪਏਗਾ ਤੇ ਮੈਂ ਪਹਿਲਾਂ ਹੀ ਗਿਵ ਅਪ ਕਰ ਦਵਾਂ ਹੈ ਨਾ ਬਿਨਾਂ ਟਰਾਈ ਕੀਤੇ ਬਿਨਾਂ ਟਰਾਈ ਕੀਤੇ ਆਈ ਥਿੰਕ ਫੇਲਿਅਰ ਇਜ਼ ਵਾਟ ਮੇਕਸ ਯੂ ਹਿਊਮਨ ਜੇ ਤੁਸੀਂ ਸੋਚੋਗੇ ਰਾਈਟ ਵੀ ਕਈ ਵਾਰੀ ਜੋ ਤੁਸੀਂ ਇੰਨਾ ਸਕਸੈਸਫੁਲ ਹੋ ਜਾਂਦਾ ਇੱਕ ਈਗੋ ਬਣ ਜਾਂਦਾ ਵੀ ਮੈਂ ਕਦੀ ਫੇਲ ਨਹੀਂ ਕਰਦਾ ਦੈਨ ਫੇਲਿਅਰ ਹਿਟਸ ਯੂ ਇਟਸ ਆਲਮੋਸਟ ਲਾਈਕ ਯੂਰ ਬੈਕ ਫਰੋਮ ਬੀਇੰਗ ਸੁਪਰ ਈਗੋ ਟੂ ਹਿਊਮਨ ਅਗੇਨ ਬੀਇੰਗ ਲਾਈਕ ਯੂ ਨੋ ਉਹ ਡਰ ਵਾਪਸ ਆ ਜਾਂਦਾ ਵਿਦ ਫੇਲਿਅਰ ਡਸ ਇਟ ਮੇਕ ਸੈਂਸ ਸਮ ਟਾਈਮ ਦੇ ਗਿਵ ਅਪ ਯਾ ਹਾਂ ਸੋ ਡੋਨਟ ਗਿਵ ਅਪ ਈਵਨ ਜਿਵੇਂ ਕਿ ਸਾਡੀ ਕੰਟਰੀਜ਼ ਦੇ ਵਿੱਚ ਕੁਲਦੀਪ ਥੋੜ੍ਹੀ ਦੇਰ ਪਹਿਲਾਂ ਸਾਨੂੰ ਬੈਕ ਸਟੇਜ ਮੈਂ ਕਹਾਂਗੀ ਅਸੀਂ ਗੱਲਬਾਤ ਕਰ ਰਹੇ ਸੀ ਇਸੀ ਟੋਪਿਕ ਦੇ ਲੈ ਕੇ ਇੰਡੀਆ ਦੇ ਵਿੱਚ ਬਹੁਤ ਸਾਰੇ ਕਿੱਸੇ ਸੁਣੇ ਨੇ ਕੁਲਦੀਪ ਤੁਸੀਂ ਸ਼ੇਅਰ ਕਰੋ ਸਾਡੇ ਨਾਲ ਦੇਖੋ ਜੀ ਜਿਵੇਂ ਇਹਨਾਂ ਦੱਸਿਆ ਸੀਗਾ ਕਿ ਕਈ ਫੇਲੀਅਰ ਤੋਂ ਡਰਦੇ ਨੇ ਸਾਡੇ ਖਾਸ ਕਰਕੇ ਉੱਥੇ ਜਿਹੜੇ ਕਿ ਹਾਈ ਪਰਸੈਂਟੇਜ ਦੇ ਬੱਚੇ ਹੁੰਦੇ ਨੇ ਕਈ ਵਾਰੀ ਉਹਨਾਂ ਨੂੰ ਪਰਸੈਂਟੇਜ ਅੱਛੇ ਨਾ ਮਿਲੇ ਜਾਂ ਇੱਕ ਅੱਧੇ ਪਰਸੈਂਟ ਤੋਂ ਰਹਿ ਜਾਣ ਇੰਜੀਨੀਅਰਿੰਗ ਕਾਲਜ ਤੋਂ ਅਤੇ ਉਹ ਸੁਸਾਈਡ ਕਰ ਲੈਂਦੇ ਨੇ ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣੇ ਮਾਂ ਬਾਪ ਨੂੰ ਕਿਸ ਤਰ੍ਹਾਂ ਮੂੰਹ ਦਿਖਾਈਏ ਸੁਸਾਈਡ ਕਰਨਾ ਇਜ਼ ਦਾ ਈਜ਼ੀਐਸਟ ਸਟੈਪ ਤੁਸੀਂ ਕਿਤੇ ਖੜ੍ਹੇ ਹੋ ਨਾ ਛਾਲ ਮਾਰਨੀ ਹੈ ਫੰਦਾ ਲਾਉਣਾ ਕੁਛ ਖਾਣਾ ਔਰ ਖਤਮ ਹੋ ਜਾਣਾ ਲੇਕਿਨ ਤੁਸੀਂ ਉਹਦਾ ਸੁਸਾਈਡ ਦਾ ਅਗਲਾ ਇਫੈਕਟ ਨਹੀਂ ਦੇਖਦੇ ਕਿ ਉਹ ਮਾਂ ਬਾਪ ਉਹ ਭੈਣ ਭਰਾ ਉਹ ਕਿਸ ਫੇਸ 'ਚੋਂ ਨਿਕਲਦੇ ਉਹਨਾਂ ਨੇ ਤੁਹਾਨੂੰ ਪਿਆਰ ਕੀਤਾ ਇੰਨਾ ਵੱਡਾ ਕੀਤਾ ਇਟਸ ਓਕੇ ਜੇ ਫੇਲ ਹੋ ਗਏ ਉਹਨਾਂ ਨੇ ਜਾ ਕੇ ਦੱਸ ਦਿਓ ਕਿ ਫੇਲ ਹੋ ਗਏ ਉਹ ਤੁਹਾਨੂੰ ਘਰੋਂ ਨਹੀਂ ਕੱਢਣ ਲੱਗੇ ਸਾਨੂੰ ਸਾਡਾ ਡਰ ਹੈਗਾ ਕਿ ਸਾਨੂੰ ਘਰੋਂ ਕੱਢ ਦੇਣਗੇ ਕੋਈ ਨਾਰਾਜ਼ ਹੁੰਦੇ ਹਾਂ ਮੈਂ ਵੀ ਜਿਵੇਂ ਆਪਣੀ ਬੇਟੀ 'ਤੇ ਨਾਰਾਜ਼ ਹੋਇਆ ਸੀ ਮਜ਼ਾਕ ਕੀਤਾ ਸੀਗਾ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਵੀ ਵਿਲ ਲੈਟ ਹਰ ਗੋ ਔਰ ਲੈਟ ਮਾਈ ਸਨ ਗੋ ਔਰ ਇਹੀ ਹੈ ਕਿ ਪਲੀਜ਼ ਇਹ ਆਪਣੇ ਦਿਮਾਗ 'ਚੋਂ ਕੱਢ ਦਿਓ ਇਟਸ ਓਕੇ ਮੈਨੂੰ ਕਿਸੇ ਸਿਆਣੇ ਬੰਦੇ ਨੇ ਕਿਹਾ ਕਿ ਜਦੋਂ ਜ਼ਿੰਦਗੀ ਦਾ ਰਾਹ ਜਿੱਥੇ ਜਾ ਕੇ ਤੁਹਾਨੂੰ ਲੱਗਦਾ ਖਤਮ ਹੋ ਰਿਹਾ ਉਹਦੇ ਅੱਗੇ ਇੱਕ ਹੋਰ ਰਾਹ ਨਿਕਲ ਰਿਹਾ ਹੁੰਦਾ ਜੀ ਹਾਂ ਜਦੋਂ ਇੱਕ ਦਰਵਾਜ਼ਾ ਬੰਦ ਹੁੰਦਾ ਹੈ ਤਾਂ ਦੂਸਰਾ ਖੁੱਲਦਾ ਹੈ ਚਾਰ ਖੁੱਲਦੇ ਨੇ ਦੂਜਾ ਵੀ ਨਹੀਂ ਚਾਰ ਖੁੱਲਦੇ ਨੇ ਸਿਰਫ ਆਪਣੇ ਆਪ ਤੇ ਆਪਣੇ ਪੇਰੈਂਟਸ ਤੇ ਔਰ ਉਸ ਰੱਬ ਤੇ ਭਰੋਸਾ ਰੱਖੋ ਔਰ ਤੁਹਾਨੂੰ ਕਾਮਯਾਬੀ ਫੇਰ ਮਿਲੂਗੀ ਜੀ ਇਹੀ ਕਹਾਂਗੇ ਗਿਵ ਯੂਰ ਯੂ ਨੋ ਗਿਵ ਯੂਰ ਸੈਲਫ ਅ ਚਾਂਸ ਆਪਾਂ ਇਹਨੇ ਸਾਰੇ ਫੇਲੀਅਰ ਸਟਾਕ ਕੀਤੇ ਨੇ ਜੇ ਆਲਮੋਸਟ ਜੇ ਤੁਸੀਂ ਸੋਚੋ ਕਿ ਇਨ ਅ ਪੋਜ਼ਿਟਿਵ ਐਸਪੈਕਟ ਵੀ ਤੁਸੀਂ ਦੇਖ ਕੇ ਗਰੋ ਹੁੰਦੇ ਹੋ ਬਟ ਦੇਰ ਇਜ਼ ਵਨ ਟਾਈਪ ਆਫ ਫੇਲੀਅਰ ਦੈਟ ਇਜ਼ ਅਨਐਕਸੈਪਟੇਬਲ ਐਂਡ ਆਈ ਥਿੰਕ ਉਹ ਫੇਲੀਅਰ ਹੈਗਾ ਫੇਲੀਅਰ ਟੂ ਬੀ ਅ ਕੰਪੈਸ਼ਨੇਟ ਪਰਸਨ ਫੇਲੀਅਰ ਟੂ ਬੀਇੰਗ ਅ ਗੁੱਡ ਹਿਊਮਨ ਬੀਇੰਗ ਆਈ ਥਿੰਕ ਦੈਟਸ ਦ ਵਰਸਟ ਟਾਈਪ ਆਫ ਫੇਲੀਅਰ ਯੂ ਨੋ ਹਾਊ ਵੀ ਆਰ ਟ੍ਰਾਇੰਗ ਟੂ ਸੇ ਵੀ ਫੇਲੀਅਰ ਇਜ਼ ਓਕੇ ਓਕੇ ਬਟ ਦਿਸ ਇਜ਼ ਦ ਓਨਲੀ ਫੇਲੀਅਰ ਦੈਟ ਇਜ਼ ਨਾਟ ਓਕੇ ਐਟ ਆਲ ਮਤਲਬ ਹਿਊਮੈਨਿਟੀ ਜ਼ਰੂਰ ਸ਼ੋ ਕਰਨੀ ਹੈ ਉਹਦੇ 'ਚ ਫੇਲ ਨਹੀਂ ਹੋਣਾ ਦੂਜੇ ਪੀਪਲ ਨੂੰ ਬੁਲੀ ਕਰਨਾ ਗਾਲੀਆਂ ਕੱਢਣਾ ਇਸਪੈਸ਼ਲੀ ਲਾਈਕ ਨਾਓ ਵੀ ਲਿਵ ਇਨ ਦਿਸ ਕੰਟਰੀ ਵੀ ਮੁੰਡੇ ਕੁਛ ਕਰਦੇ ਨੇ ਕੁੜੀਆਂ ਕਰਦੇ ਨੇ ਦੇ ਗੈਟ ਸਲਟ ਸ਼ੇਮਡ ਫੋਰ ਇਟ ਮੁੰਡੇ ਕਰਦੇ ਨੇ ਡੈਡਸ ਰੀਅਲੀ ਪ੍ਰਾਊਡ ਆਫ ਦੈਮ ਯੂ ਨੋ ਐਂਡ ਆਈ ਥਿੰਕ ਦੈਟਸ ਫੇਲੀਅਰ ਸੈਕਸਿਜ਼ਮਸ ਫੇਲੀਅਰ ਵਾਈਟ ਸੁਪਰੀਮੇਸੀਜ਼ ਫੇਲੀਅਰ ਦੋਜ਼ ਆਰ ਦ ਫੇਲੀਅਰਸ ਦੈਟ ਆਰ ਅਨਐਕਸੈਪਟੇਬਲ ਹਸਬੈਂਡ ਬੀਟਿੰਗ ਹਿਜ਼ ਵਾਈਫ ਫੇਲੀਅਰ ਹਸਬੈਂਡ ਵਰਬਲੀ ਅਬਿਊਜ਼ਿੰਗ ਹਿਜ਼ ਵਾਈਫ ਫੇਲੀਅਰ ਵਾਈਫ ਬੀਟਿੰਗ ਹਸਬੈਂਡ ਆਲਸੋ ਫੇਲੀਅਰ ਨੋ ਵਨ ਸ਼ੁਡ ਬੀ ਐਨੀਵਨ ਦੈਟਸ ਮੈਂ ਤੁਹਾਨੂੰ ਗੱਲ ਦੱਸਾਂ ਕਿ ਇੱਕ ਬੜਾ ਫੇਮਸ ਬਾਲੀਵੁੱਡ ਇੰਡਸਟਰੀ ਦਾ ਐਕਟਰ ਸਾਰੀ ਦੁਨੀਆ ਉਹਨੂੰ ਜਾਣਦੀ ਹੈ ਉਹਨਾਂ ਦਾ ਨਾਂ ਅਮਿਤਾਭ ਬੱਚਨ ਅਮਿਤਾਭ ਬੱਚਨ ਦੀ ਪਹਿਲਾਂ 13 ਮੂਵੀਆਂ ਫੇਲ ਹੋਈਆਂ ਸੀ ਜੀ ਫਸਟ 13 ਮੂਵੀਜ਼ ਫੇਲ ਹੋਈਆਂ ਸੀ ਉਹਨੂੰ ਕੋਈ ਮੂਵੀ 'ਚ ਨਹੀਂ ਲੈ ਰਿਹਾ ਸੀਗਾ ਸਮ ਹਾਓ ਇੱਕ ਡਾਇਰੈਕਟਰ ਨੇ ਜ਼ੰਜ਼ੀਰ ਮੂਵੀ ਅੱਗੇ ਲੈ ਕੇ ਆਇਆ ਜੀ ਔਰ ਕੋਈ ਹੀਰੋਇਨ ਉਹਦੇ ਨਾਲ ਕੰਮ ਕਰਨ ਨੂੰ ਤਿਆਰ ਨਹੀਂ ਸੀ ਜਯਾ ਬੱਚਨ ਚਾਹੇ ਪਹਿਲਾਂ ਜਯਾ ਬਹਾਦਰੀ ਸੀਗੀ ਉਹਨੇ ਉਸ ਮੂਵੀ ਰੋਲ ਲਈ ਹਾਂ ਕੀਤੀ ਉਹ ਮੂਵੀ ਬਣੀ ਸੁਪਰ ਹਿੱਟ ਐਂਡ ਦੈਨ ਦੇ ਗੋਟ ਮੈਰਿਡ ਸੋ ਆਈ ਡੋਂਟ ਨੋ ਕਿ ਕਹਿੰਦੇ ਨੇ ਕਿ ਸਕਸੈਸਫੁਲ ਬੰਦੇ ਦੇ ਪਿੱਛੇ ਔਰਤ ਦਾ ਹੱਥ ਹੈ ਕਿ ਨਹੀਂ ਹੈ ਲੇਕਿਨ ਇਹੋ ਜਿਹੀ ਸਟੋਰੀਆਂ ਜਦੋਂ ਸੁਣਨੇ ਆ ਤੇ ਲੱਗਦਾ ਹੈ ਕਿ ਵਾਕਈ ਔਰਤ ਦਾ ਹੱਥ ਹੈ ਐਕਚੁਅਲੀ ਦੋਨਾਂ ਦਾ ਹੀ ਹੋਣਾ ਬਹੁਤ ਜ਼ਰੂਰੀ ਹੈ ਹਸਬੈਂਡ ਦਾ ਵੀ ਵਾਈਫ ਦਾ ਵੀ ਦੋਨਾਂ ਦੀ ਸਕਸੈਸ ਪਿੱਛੇ ਅਗਰ ਵਾਈਫ ਕੁਝ ਕਰ ਰਹੀ ਹੈ ਤੇ ਹਸਬੈਂਡ ਦਾ ਹੱਥ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਕਲਿੰਟਨ ਸੀਗੇ ਬਿਲ ਸਪੋਰਟ ਕੀਤਾ ਸੀ ਹਿਲਰੀ ਵਨ ਸ਼ੀ ਵਾਸ ਰਨਿੰਗ ਫॉर ਪ੍ਰੈਜ਼ੀਡੈਂਟ ਐਂਡ ਵਨ ਬਿਲ ਵਾਸ ਰਨਿੰਗ ਫॉर ਪ੍ਰੈਜ਼ੀਡੈਂਟ ਹਿਲਰੀ ਸਪੋਰਟਡ ਇਟ ਨੀਡਸ ਟੂ ਬੀ ਐਨ ਇਕੁਅਲ ਐਕਚੁਅਲੀ ਜਿਵੇਂ ਸਾਦਗੀ ਨੇ ਕਿਹਾ ਕਿ ਜਿਵੇਂ ਅਸੀਂ ਕਈ ਫੇਲੀਅਰ ਐਸੇ ਨੇ ਜਿਹੜੇ ਐਕਸੈਪਟੇਬਲ ਨਹੀਂ ਹੈ ਕਿਉਂਕਿ ਅਸੀਂ ਐਸ ਸੂਨ ਅਸੀਂ ਬਰਥ ਦਿੰਦੇ ਹਾਂ ਜਾਂ ਬਰਥ ਲੈਂਦੇ ਹਾਂ ਸਭ ਤੋਂ ਪਹਿਲਾ ਸਟੈਪ ਮਾਂ ਉਹਨੂੰ ਸਿਖਾਉਂਦੀ ਹੈ ਚੀਜ਼ਾਂ ਸਿਖਾਉਂਦੀ ਹੈ ਕਿ ਨੋ ਆਹ ਨਹੀਂ ਕਰ ਆਹ ਨਹੀਂ ਕਰ ਹੈ ਨਾ ਆਹ ਨਾ ਟੱਚ ਕਰ ਫਿਰ ਉਹ ਤੁਰਨਾ ਸ਼ੁਰੂ ਕਰ ਖੜ੍ਹੇ ਹੋਣਾ ਸ਼ੁਰੂ ਹੁੰਦੇ ਨੇ ਮਿਲੀਅਨ ਟਾਈਮ ਉਹ ਡਿੱਗਦੇ ਹੈ ਤੁਰਨਾ ਸ਼ੁਰੂ ਕਰਦੇ ਹੈ ਕਿ ਮਿਲੀਅਨ ਟਾਈਮ ਉਹ ਡਿੱਗਦੇ ਹੈ ਲੇਕਿਨ
ਫਿਰ ਉਹਨੂੰ ਮਾਂ ਉਹਦੇ ਹੱਥ ਫੜ ਕੇ ਜਾਂ ਪਿਓ ਦਾ ਹੱਥ ਫੜ ਕੇ ਚੱਲਣਾ ਸਿਖਾਉਂਦਾ ਹੈ ਅਤੇ ਉਹ ਵਨ ਡੇ ਫਿਰ ਉਹ ਦੌੜਦਾ ਫਿਰਦਾ ਨੱਠਦਾ ਭੱਜਦਾ ਇਹ ਉਹਦੀ ਸਕਸੈਸ ਹੈ ਸੋ ਫੇਲੀਅਰ ਤੋਂ ਨਾ ਘਬਰਾਓ ਕਿਉਂਕਿ ਜੇ ਅਸੀਂ ਫੇਲੀਅਰ ਤੋਂ ਘਬਰਾਉਣ ਲੱਗ ਪਏ ਤਾਂ ਅਸੀਂ ਬਚਪਨ ਤੋਂ ਹੀ ਨਹੀਂ ਖੜ੍ਹੇ ਹੋ ਸਕਦੇ ਜਿੱਥੋਂ ਅਸੀਂ ਅਸੀਂ ਬਰਥ ਲਿੱਤਾ ਹੈ ਉਸ ਤੋਂ ਬਾਅਦ ਅਸੀਂ ਤੁਰਨਾ ਪਹਿਲਾਂ 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 ਪਟਣਾ ਹੀ ਸ਼ੁਰੂ ਕੀਤਾ ਪਹਿਲਾਂ ਫੁੱਟ ਅਤੇ ਉਹਦੇ ਤੋਂ ਹੀ ਅਸੀਂ ਫੇਲ ਹੋ ਜਾਵਾਂਗੇ ਅਗਰ ਅਸੀਂ ਟਰਾਈ ਨਹੀਂ ਕਰਾਂਗੇ ਸੋ ਕੀਪ ਟਰਾਇੰਗ ਗਾਇਸ ਥੈਂਕ ਯੂ ਮੇਰੇ ਫਰੈਂਡ ਨੇ ਜਿਹਨੇ ਮੈਨੂੰ ਭੇਜਿਆ ਐਪਰੀਸ਼ੀਏਟ ਕਰਦੇ ਹਾਂ ਸਾਨੂੰ ਫੇਸਬੁੱਕ 'ਤੇ ਜਿਹੜੇ ਫਰੈਂਡਸ ਨੇ ਕਈ ਕਾਲ ਨਹੀਂ ਕਰਦੇ ਲੇਕਿਨ ਉਹ ਫੇਸਬੁੱਕ 'ਤੇ ਸਾਨੂੰ ਇਨਬਾਕਸ ਕਰਦੇ ਨੇ ਥੈਂਕ ਯੂ ਸੋ ਮੱਚ ਐਂਡ ਕੀਪ ਵਾਚਿੰਗ ਮਾਈ ਟੀਵੀ ਸਾਨੂੰ ਫੀਡਬੈਕ ਜ਼ਰੂਰ ਦੇਣਾ ਆਪਣੀ ਫੀਡਬੈਕ ਬਹੁਤ ਜ਼ਰੂਰੀ ਹੈ ਜੀ ਅਤੇ ਹੁਣ ਸਾਦਗੀ ਗਿੱਲ ਕੁਛ ਕਹਿਣਾ ਚਾਹ ਰਹੇ ਨੇ So, thoda insight. Failure hone to baad success da maza hi alag hai. So, ek book hai that we were required to read in school. We success. It's a book about success called The Outliers. Je tusi padhna chahunde ho. Really good book. But it talks about we jehda success hai. It's either through hard work. Yeah. Right? Jehda tusi hard work tena successful hoyo tusi. Or with circumstances we tusi control nahi kar sakde. For example, we read this and I thought this was so cool. So time to get educated. But ek hockey team hai, and I'll notice karne vi jinne vi people just successful hockey players hi hai. And a connection main bhi nahi dekha jab tak woh book ne point out nahi kita. Okay. But they were all born in January, February, March, April. Whoa. They couldn't control when they were born, but being born at that time caused them to be successful because they were the older people of the hockey group. Does that make sense? Yeah. So this book, or how sometimes culture tonu fail, yes, success kar sakdeo. There was another story about this pilot. We co-pilot si and pilot kuch galat karya si. But I think it was like a Japanese, and tonu pata the Japanese culture bred a respect. The na hone. Yes. But oh, pilot tu kya ni paya vi like to see wrong direction the vich jaya. Plane crashed into a mountain. Yeah. While in the American culture, it compared both cultures. We easily tell person, it doesn't matter age rank, or, whatever. We just say, galat karo, you know. No, they see that if this is a pilot, then this is a pilot. And respect to them. Equally. So oh talk karda si we like success both broad and also talked about we to see success no key defined karde ho. So to see lesser see success about it. Main te hi dass reha si ji, end of the day, failure, success. It's like a right and left hand. Right eye or left eye. Eh dove tode layi bahut zaruri ne. Failure teaches you something. Success vi tuhanu eh dikhandi ke ajj main jo eh ਜੇ ਤੁਸੀਂ ਖੰਡ ਨਾ ਖਾਓ ਔਰ ਅਚਾਨਕ ਖੰਡ ਖਾ ਲਓ ਤੇ ਉਹਦਾ ਜਿਹੜਾ ਸਵਾਦ ਹੈ ਨਾ ਉਹ ਤਾਂ ਹੀ ਪਤਾ ਲੱਗ ਜਾਏ ਜੇ ਤੁਸੀਂ ਮੈਂ ਐਗਜ਼ਾਮਪਲ ਦਵਾਂ ਐਜ਼ ਅ ਮਦਰ ਹਾਂਜੀ ਦੋ ਬੱਚਾ 10 ਵਾਰੀ ਡਿੱਗਦਾ ਖੜਾ ਹੁੰਦੇ ਹੁੰਦੇ ਰਾਈਟ ਹੁਣ ਮੈਂ ਐਜ਼ ਅ ਮਦਰ ਦੱਸ ਰਹੀ ਹਾਂ ਲੇਕਿਨ ਜਦੋਂ ਉਹ ਬੈਲੈਂਸ ਕਰ ਲੈਂਦਾ ਅਸੀਂ ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਓ ਮਾਈ ਗਾਡ ਇਹ ਖੜਾ ਹੋ ਗਿਆ ਲੁੱਕ ਸਾਡਾ ਤੇ ਯੂਵੀ ਰਿੜਨਾ ਬੜੀ ਲੇਟ ਸਿੱਖਿਆ ਕਿਉਂਕਿ ਹੀ ਵਾਜ਼ ਅ ਹੈਲਥੀ ਹੈਲਥੀ ਚਾਇਲਡ ਸਾਰੀ ਦੁਨੀਆ ਦੇ ਬੱਚੇ ਅੱਗੇ ਰਿੜਦੇ ਸੀ ਯੂ ਵੀ ਪੁੱਠਾ ਪਿੱਛੇ ਨੂੰ ਰਿੜਦਾ ਸੀਗਾ ਤਾਂ ਵੀ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਕਿ ਸ਼ੁਕਰ ਹੈ ਰਿੜਿਆ ਤੇ ਹੈ ਸੋ ਇਹ ਸਕਸੈਸ ਹੈ ਇਹ ਖੁਸ਼ੀ ਹੈ ਇਹ ਮੇਰੇ ਖਿਆਲ ਨਾਲ ਜਿਹੜੀ ਮਾਵਾਂ ਨੇ ਜਾਂ ਪਿਓ ਨੇ ਇਸ 'ਚ ਪਿਓ ਵੀ ਰਿਲੇਟ ਕਰ ਸਕਦੇ ਨੇ ਕਿਉਂਕਿ ਇਹ ਜਿਹੜੀ ਪੇਰੈਂਟਿੰਗ ਹੈ ਉਹ ਦੋਨਾਂ ਵਾਸਤੇ ਹੈ ਮਾਂ ਔਰ ਪਿਓ ਵਾਸਤੇ ਈਵਨ ਕਿ ਫਿਰ ਜਿਹੜਾ ਸਿਬਲਿੰਗਸ ਹੋ ਜਾਂਦੇ ਉਹਨਾਂ ਵਾਸਤੇ ਵੀ ਇਕੁਅਲ ਖੁਸ਼ੀ ਹੁੰਦੀ ਕਿ ਹਾਏ ਮੇਰੇ ਭਰਾ ਨੇ ਪਹਿਲੀ ਵਾਰ ਤੁਰਿਆ ਹਾਏ ਮੇਰੇ ਭਰਾ ਨੇ ਜਾਂ ਮੇਰੀ ਸਿਸਟਰ ਨੇ ਬੋਲਣਾ ਸ਼ੁਰੂ ਕੀਤਾ ਸੋ ਇਹ When you study so hard for such a hard test and you got an A, ooh. ਜਦੋਂ ਅੱਛੇ ਨੰਬਰ ਮਿਲਣ ਤੇ ਉਹ ਫਿਰ ਜਿਹੜੀ ਖੁਸ਼ੀ ਹੈ ਉਹ ਬਿਆਨ ਕਰਨ ਤੋਂ ਬਾਅਦ ਹੈ ਔਰ ਜਦੋਂ ਤੁਸੀਂ ਆਪਾਂ ਭੱਜਦੇ ਆ ਰਾਈਟ ਜਦੋਂ ਕਰਦੇ ਆ ਐਵਰੀ ਡੇ ਟ੍ਰੇਨਿੰਗ ਕਰਦੇ ਆ ਐਂਡ ਫਾਈਨਲੀ ਆਪਾਂ ਰੇਸ ਤੇ ਜਾਂਦੇ ਆ ਐਂਡ ਆਪਾਂ ਦੇਖਦੇ ਆ ਵੀ ਸਾਡਾ ਮਾਈਲ ਟਾਈਮ 7 ਤੋਂ 6 ਮਿੰਟ ਹੋ ਗਿਆ ਯੈਸ ਜਦੋਂ ਤੁਸੀਂ ਇੰਪਰੂਵ ਕਰਦੇ ਹੋ ਆਪਣੇ ਆਪ ਨੂੰ ਸੋ ਅੱਜ ਆਪਾਂ ਫੇਲੀਅਰ ਔਰ ਸਕਸੈਸ ਦੱਸਿਆ ਕਿ ਤੁਹਾਡੇ ਜੀਵਨ ਦਾ ਹਿੱਸਾ ਹੈ ਆਪਣੇ ਫੇਲੀਅਰ ਤੋਂ ਕੁਝ ਸਿੱਖੀਏ ਔਰ ਗਾਇਸ ਇਟਸ ਨੈਵਰ ਟੂ ਲੇਟ ਯੈਸ ਯਾ ਨੈਵਰ ਟੂ ਲੇਟ ਅਗਰ ਤੁਸੀਂ ਸੋਚਦੇ ਨਾ ਮੈਂ ਸਾਡੇ ਇੱਕ ਬਜ਼ੁਰਗ ਸੀ ਮੈਂ ਨਾਮ ਨਹੀਂ ਲਾਂਗੀ ਕਿਉਂਕਿ ਬੜੇ ਸਾਰੇ ਰਿਸ਼ਤੇ ਬੜੇ ਸਾਰੇ ਰਿਸ਼ਤੇਦਾਰ ਮੇਰੇ ਤੋਂ ਬੜਾ ਗੁੱਸਾ ਹੋ ਜਾਂਦੇ ਨੇ ਕਿ ਮੈਂ ਫਟਕ ਕਰਕੇ ਕੁਝ ਵੀ ਬੋਲ ਦਿੰਦੀ ਹਾਂ ਪਰ ਮੈਂ ਟਰੁੱਥ ਬੋਲਦੀ ਹਾਂ ਸੱਚ ਬੋਲਦੀ ਹਾਂ ਠੀਕ ਹੈ ਮੈਂ ਉਸ ਰਿਸ਼ਤੇਦਾਰ ਦਾ ਨਾਮ ਨਹੀਂ ਲਾਂਗੀ ਅਤੇ ਉਹਨਾਂ ਦਾ ਇਹ ਹੈ ਕਿ ਜੋ ਇੱਕ ਵਾਰੀ ਕਹਿ ਤਾ ਨਾ ਪੱਥਰ ਦੀ ਲਕੀਰ ਸੋ ਭਾਵਾਂ ਉਹਨਾਂ ਨੂੰ ਪਤਾ ਵੀ ਹੈ ਕਿ ਮੈਂ ਗਲਤ ਹਾਂ ਲੇਕਿਨ ਬਸ ਉਹਨਾਂ ਨੇ ਇੱਕ ਵਾਰੀ ਕਹਿ ਤਾ ਕਿ ਆਹ ਨਹੀਂ ਕਰਨਾ ਅਤੇ ਨਹੀਂ ਕਰਨਾ ਸੋ ਪਲੀਜ਼ ਗਾਇਜ਼ ਅੱਜ ਕੱਲ੍ਹ ਅਸੀਂ 2018 ਦੇ ਵਿੱਚ ਹਾਂ ਅਸੀਂ ਤਾਂ ਖੈਰ ਯੂਨਾਈਟਿਡ ਸਟੇਟ ਦੇ ਵਿੱਚ ਹਾਂ ਯੂ ਐੱਸ ਏ ਦੇ ਵਿੱਚ ਹਾਂ ਸਾਡੇ ਜਿਹੜੇ ਵਿਊਅਰਸ ਨੇ ਪਤਾ ਨਹੀਂ ਕਿਹੜੀ ਕਿਹੜੀ ਕੰਟਰੀਆਂ ਤੋਂ ਸਾਨੂੰ ਵਾਚ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਇੱਕੋ ਹੀ ਰਿਕੁਐਸਟ ਹੈ
ਪਲੀਜ਼ ਟਾਈਮ ਦੇ ਹਿਸਾਬ ਨਾਲ ਆਪਣੇ ਆਪ ਨੂੰ ਚੇਂਜ ਕਰੋ ਜੇ ਤੁਸੀਂ ਚੇਂਜ ਨਹੀਂ ਹੋਵੋਗੇ ਤੇ ਤੁਸੀਂ ਉੱਥੇ ਰਹਿ ਜਾਓਗੇ ਦੁਨੀਆ ਅੱਗੇ ਨਿਕਲ ਜਾਏਗੀ ਸੋ ਜਿਹੜੇ ਤੁਹਾਡੇ ਚਾਹਣ ਵਾਲੇ ਨੇ ਤੁਹਾਨੂੰ ਪਿਆਰ ਕਰਨ ਵਾਲੇ ਨੇ ਉਹ ਤੁਹਾਨੂੰ ਅੱਛੇ ਤਰੀਕੇ ਨਾਲ ਪਿਆਰ ਕਰਨ ਦਿਲ ਖੋਲ੍ਹ ਕੇ ਪਿਆਰ ਕਰਨ ਉਹਦੇ ਨਾਲ ਇੱਕੋ ਤਰੀਕਾ ਹੋ ਸਕਦਾ ਜੇ ਤੁਸੀਂ ਉਹਨਾਂ ਨੂੰ ਐਕਸੈਪਟ ਕਰੋ ਦ ਵੇ ਦੇ ਆਰ ਜਿਹੋ ਜਿਹੇ ਉਹ ਹੈਗੇ ਨੇ ਜਿਹੋ ਜਿਹਾ ਰੱਬ ਨੇ ਉਹਨੂੰ ਬਣਾਇਆ ਨਾ ਕਿ ਜਿਸ ਤਰੀਕੇ ਦਾ ਤੁਸੀਂ ਉਹਨੂੰ ਬਣਾਉਣਾ ਚਾਹੁੰਦੇ ਹੋ ਸਪੋਜ਼ ਕਿ ਮੈਂ ਮੇਰੇ ਬੱਚੇ ਨੂੰ ਮੈਂ ਡਾਕਟਰ ਬਣਾਉਣਾ ਚਾਹੁੰਦੀ ਹਾਂ ਲੇਕਿਨ ਅਗਰ ਉਹ ਡਾਕਟਰ ਨਹੀਂ ਬਣ ਰਿਹਾ ਕੁਛ ਹੋਰ ਬਣ ਗਿਆ ਅਫਕੋਰਸ ਹਰਟ ਹੋਏਗਾ ਕਿਉਂਕਿ ਇਹ ਮੇਰੇ ਡਿਜ਼ਾਇਰ ਸੀਗੀ ਮੇਰੀ ਇੱਛਾ ਸੀਗੀ ਕਿ ਉਹ ਬਣੇ ਲੇਕਿਨ ਅਗਰ ਨਹੀਂ ਬਣ ਪਾਇਆ ਤਾਂ ਡਿਸਹਾਰਟਨ ਨਾ ਹੋ ਮੈਂ ਇਹੋ ਜਿਹੇ ਬਹੁਤ ਸਾਰੇ ਬੱਚੇ ਦੇਖੇ ਨੇ ਜਿਹੜੇ ਘਰ ਛੱਡ ਛੱਡ ਕੇ ਗਏ ਹੋਏ ਨੇ ਔਰ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਲੱਗਦਾ ਕਿ ਸਾਡੇ ਪੇਰੈਂਟਸ ਸਾਨੂੰ ਨਹੀਂ ਬੁਲਾਉਣਗੇ ਰਾਈਟ ਸੋ ਮੈਂ ਇਹੀ ਇੱਕ ਦਰਖਾਸਤ ਕਰਾਂਗੀ ਇੱਕ ਸੋਸ਼ਲ ਮੈਸੇਜ ਹੈ ਕਿ ਪਲੀਜ਼ ਉਹਨਾਂ ਨੂੰ ਚਾਂਸ ਦਿਵੋ ਔਰ ਉਹਨਾਂ ਨੂੰ ਇੱਕ ਮੌਕਾ ਦਿਵੋ ਇਟਸ ਨੈਵਰ ਟੂ ਲੇਟ ਆਪਣੇ ਆਪ ਨੂੰ ਇੰਪਰੂਵਮੈਂਟ ਆਪਣੇ ਆਪ 'ਚ ਲੈ ਕੇ ਆਉਣ ਵਾਸਤੇ ਇਹ ਅਸੀਂ ਗਿੱਲ ਸਾਹਿਬ ਨੂੰ ਵੀ ਕਹਾਂਗੇ ਇਟਸ ਨੈਵਰ ਟੂ ਲੇਟ ਆਈ ਨੋ ਇਟਸ ਨੈਵਰ ਟੂ ਲੇਟ ਇਟਸ ਆਲਵੇਸ ਟੂ ਲੇਟ ਫਾਰ ਮੀ ਸੋ ਸਕਸੈਸ ਔਰ ਫੇਲੀਅਰ ਐਪਰੀਸ਼ੀਏਟ ਕਰੋ ਜੋ ਵੀ ਤੁਹਾਨੂੰ ਮਹਾਰਾਜ ਦੇਈ ਜਾਏ ਬਸ ਇਹ ਅਰਦਾਸ ਕਰੋ ਜਾਂ ਦੁਆ ਕਰੋ ਕਿ ਤੁਸੀਂ ਔਰ ਤੁਹਾਡਾ ਪਰਿਵਾਰ ਹਮੇਸ਼ਾ ਹੱਸਦਾ ਖੇਲਦਾ ਵੱਸਦਾ ਰਹੇ ਤੇ ਇੰਜ ਤੁਸੀਂ ਕਾਮਯਾਬ ਹੋ ਤੇ ਪਲੀਜ਼ ਕੀਪ ਵਾਚਿੰਗ ਅਸ ਸਾਡੇ ਸ਼ੋਅ ਦਾ ਨਾਂ ਹੈ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ ਤੇ ਸਾਡੇ ਤਿੰਨਾਂ ਵੱਲੋਂ ਸਤਿ ਸ਼੍ਰੀ ਅਕਾਲ